वो बस दे बैठे हैं तो कुछ 2 किलोमीटर चली और ना अग लग गई। अच्छा बस अग लग गई। आहो मैं टुट गया तो पहले तो खूह वेख्या जिथे मार मार काट हुई थी ना तो बीबिया डिगिया खूह च। उपरा बंदा जो फिर कहते कितों आए मैं मेरे नाम का पिंड रुख हों पिलखण पिलखण बाबे ने पता होगा। अच्छा मैं इतने किखे हो पिलखण मैं जी वो खड़ोती बड़ी पुरानी। अच्छा मैं गए साढ़े नाने भी ते मैं गए वो वी आई गई सी गंगा हरिद्वार। गंगा हरिद्वार तो उस तो बाद पता नहीं फिर वो मुला विछड़ विछड़ गया। अच्छा असि अगले दिन समैलपुर तो तुरे हैं। ठीक है समैलपुर ते वो गड्डी जिहड़ी साडी गड्डी है उहनी सी ना उह निकल गई। अच्छा वो निकल गए जिदे तुसीं बह के आए हो समझौता नहीं जिदे आना ही पाकिस्तान पाकिस्तान आना सी वो समझौता टिकटां लै के ते मैं पुछिया एक नूं सिपाही नूं मैं कहा टिकटां साडे खराब हो गईआं गड्डी ते निकल गई अभी उत्थे जा के लथे कोई रात दा कोई 12-1 बजे टाइम सी। ठीक हो गया ते चैकिंग वाला आ गया टिकटां चैक करन वाला ਕਹਿਣ ਲੱਗਾ ਤੁਸੀਂ ਪਾਕਿਸਤਾਨੀ ਹੋ। ਅੱਛਾ ਤੁਸੀਂ ਨਾਲ ਉੱਥੇ ਅਸਿਸਟੈਂਟ ਦੇ ਬਾਜ਼ਾਰ ਵਾਲੇ ਪਾਸੇ ਨਾਲ ਹੀ ਸਿੱਖ ਨੇ ਕਹਿੰਦੇ ਫਰੂਟ ਦੀ ਦੁਕਾਨ ਲਾਈ ਚੰਗੀ ਵੱਡੀ। ਅੱਛਾ ਕਹਿਣ ਲੱਗਾ ਵੀ ਤੁਸੀਂ ਇਸ ਰਸਤੇ ਆ ਗਏ ਉਹਦੇ ਜੁਰਮਾਨਾ ਪੈਣਾ ਸੀ ਉਹ ਗਲਤੀ ਕੀਤੀ ਉਹਦੇ ਕੋਲ ਜਿਹਨੇ 100 ਰੁਪਇਆ ਲਿਆ ਉਹਨੇ ਪਰਚੀ ਨਹੀਂ ਲੈਣੀ ਉਸੇ ਘੁੱਟ ਕੇ ਕਹਿਣ ਲੱਗਾ ਭਾਈ ਹੁਣ ਤੂੰ ਦੇ ਕੇ ਬੈਠਾ ਹੈ ਜੇ ਤੇ ਜੁਰਮਾਨਾ ਤੇ ਫਿਰ ਤੂੰ ਆ ਗਿਆ ਚੜ ਗਿਆ हाँ बिल्कुल सही ना गलती। लो जी फिर वो सरदार कहने लगा भाई आप किड़े जिले दे हो। अच्छा मैं जी मेरा ले जिले में आने मेरे शहर दे। अच्छा हाँ अस्सलाम वालेकुम रहमतुल्लाहि वबरकातुहु। बाबा जी की हाल है? ठीक हो? सेहत ठीक है? ठीक ठाक ਹੋਰ ਸਭ ਖੈਰ ਵਾਫੀਅਤ ਹੈ। ਉਦੋਂ ਤੁਹਾਡੇ ਨਾਲ ਗੱਲ ਹੋਈ ਸਾਡੀ, ਤੁਸੀਂ ਇੰਡੀਆ 4 ਦਫ਼ਾ ਗਏ ਹੋ ਅਤੇ ਉੱਥੇ ਜਦੋਂ ਤੁਸੀਂ ਗਏ ਲੋਕਾਂ ਨੇ ਕਹਿੰਦਾ ਤੁਹਾਡੇ ਨਾਲ ਸਲੂਕ ਕੀਤਾ, ਤੁਸੀਂ ਕਹਿੰਦੇ ਉੱਥੇ ਰਹੇ ਬੇ ਤੁਹਾਡੇ ਨਾਲ ਜਿੰਨਾ ਉਹਨਾਂ ਨੂੰ ਹਾਲਾਤ ਜੋ ਵੀ ਤੁਸੀਂ ਸਾਨੂੰ ਦੱਸੇ ਨੇ, ਹੋਰ ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਬਈ ਉੱਥੇ ਕੀ ਕੋਈ ਵਾਕਿਆ ਗੁਜ਼ਰਿਆ, ਕਹਿੰਦੇ ਲੋਕਾਂ ਨੇ ਤੁਹਾਡੇ ਨਾਲ ਮੁਹੱਬਤ ਕੀਤੀ। ਉੱਥੇ ਜੀ ਸ਼ਹਿਰ ਹੈ ਅਤੇ ਜਮੁਨਾ ਨਗਰ। ਅੱਛਾ ਜਮੁਨਾ ਨਗਰੋਂ ਗਿਆ ਸੀ एक गढ़पर पिंड है गढ़पर। अच्छा उसे में जाना उसे जलसा थी। अच्छा वो बस दे बैठे हैं तो कुछ 2 किलोमीटर चली और ना अग लग गई। अच्छा बस अग लग गई। आओ अच्छा वो तो वो हो गया बारिया जो लोग छाल मार। अच्छा मैं भी छाल मारी। अच्छा तुम भी छाल मार दी? वो कहने लगा जी गाड़ी एक्सप्रेस होर आ जाएगी। अच्छा वो फिर थोड़ी देर में ठीक हो गई। अच्छा उसे जा के लगते हैं दिन मैं उस पिंड तुर गया गढ़ पर। अच्छा जा गए उसे रात रहे सवेर सुबह हो ही थे कहने लगा भी मस्जिद इतने जलसा होना। अच्छा तो समान लैन चली। ठीक है समान मैं कितने जाना लैन कहने लग जी अंदरी जाना। अच्छा अंदरी शहर है। शहर है अंदरी शहर है। अच्छा ਉੱਥੇ ਉਹਨਾਂ ਟਰਾਲੀ 'ਚ ਹੋਈ ਇਸ ਟਰਾਲੀ 'ਤੇ ਬਹਿ ਕੇ ਅੰਦਰੀ ਤੋਂ ਠੀਕ ਹੈ ਅੰਦਰੀ ਜਾ ਕੇ ਉਹ ਇੱਕ ਸਰਦਾਰ ਦੀ ਦੁਕਾਨ ਸੀ। ਅੱਛਾ ਉਹਨਾਂ ਜਾ ਕੇ ਉੱਥੇ ਪੁੱਛਿਆ ਵੀ ਸਰਦਾਰ ਜੀ ਆਸਮ ਅਸੀਂ ਸਮਾਨ ਆਉਂਦੇ ਹਾਂ ਦੇਗਾ ਸ਼ੇਖਾਂ ਦਾ ਉਹ ਸਮਿਆਨਾ ਆਉਂਦੇ। ਅੱਛਾ ਅਸੀਂ ਸਮਿਆਨਾ ਲੈਣਾ ਜੇ ਜਲਸਾ ਕਰਾਉਣਾ। ਹਾਂ ਉਹ ਕਹਿਣ ਲੱਗਾ ਇਸ ਤਰ੍ਹਾਂ ਜਾਓ ਤੁਸੀਂ ਹਵੇਲੀ ਜਾਓ। ਅੱਛਾ ਹਵੇਲੀ ਸਮਾਨ ਹੈ ਇੱਥੇ ਲੱਭ ਜਾਏ। ਹਾਂ ਲਓ ਜੀ ਉੱਥੇ ਜਾ ਕੇ ਸਮਾਨ ਲੱਗ ਗਏ ਲੱਗਾ ਉੱਥੇ ਕੋਈ ਬੀਬੀਆਂ ਵੀ ਸਨ ਉਹ ਕਹਿਣ ਲੱਗੀ ਵੀ ਇਹ ਤਾਂ ਪਾਕਿਸਤਾਨੀ ਬੰਦਾ ਪੰਜਾਬੀ ਬੋਲਦਾ। ਅੱਛਾ ਹਾਂਜੀ ਉਹਦੇ ਮੈਂ ਖੈਰ ਜੋ ਚਾਹ ਪਾਣੀ ਮੈਂ ਦਿੱਤਾ ਖਾ ਪੀ ਜਿਹੜੇ ਉੱਥੋਂ ਫਿਰ ਜਨਾਬ ਮੈਂ ਗਿਆ ਮੈਂ ਇੱਥੇ ਸਾਡਾ ਪਿੰਡ ਨਾਨਕਾ ਪਿੰਡ ਵੀ ਉੱਥੇ ਮੈਂ ਜਾਣਾ ਨੇੜੇ ਸੀ। ਕੀ ਨਾਂ ਸੀ ਉਹ ਪਿੰਡ ਦਾ? ਪਿੰਡ ਦਾ ਚੰਦਰਾਓ। ਚੰਦਰਾਓ 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 ਚੰਦਰਾਓ। ਅੱਛਾ ਉਹ ਥੋੜ੍ਹੀ ਦੂਰ ਹੀ ਸੀ ਇਹ ਦਾ ਹੱਥ ਨਾਲ ਹੀ। ਅੱਛਾ
ਉਹ ਬੰਨੋ ਬੰਨ ਮੈਂ ਟੁਰ ਗਿਆ ਤੇ ਪਹਿਲਾਂ ਦਾ ਖੂਹ ਵੇਖਿਆ ਜਿੱਥੇ ਮਾਰ ਕਾਟ ਹੋਈ ਸੀ ਨਾ ਤੇ ਬੀਬੀਆਂ ਡਿੱਗੀਆਂ ਖੂਹ 'ਚ। ਇੱਕ ਮਿੰਟ ਹਾਂਜੀ ਅੱਛਾ ਉਹ ਪਿੰਡ ਮੈਂ ਗਿਆ ਤੇ ਸੁਣੀਦਾ ਸੀ ਕਿ ਇੱਥੇ ਖੂਹ 'ਚ ਬੀਬੀਆਂ ਬੜੀ ਡਿੱਗੀਆਂ ਅੱਛਾ ਜੰਗ ਦੇ ਦੌਰਾਨ ਜਿਹੜੀਆਂ ਉਹ ਖੂਹ ਵੇਖਿਆ ਆਪਣੇ ਨਾਨਕੇ ਪਿੰਡ ਜਦੋਂ ਗਏ ਪਿੰਡ ਉਹ ਵੱਡੇ ਸਾਲ ਪਹਿਲਾਂ ਪਿੰਡ ਉਹ ਖੂਹ ਵੇਖ ਕੀ ਨਾਂ ਹੈ ਚੰਦਰੀ ਪਿੰਡ ਦਾ ਨਾਂ ਚੰਦਰਾਓ ਚੰਦਰਾਓ ਅੱਛਾ ਅੰਗੇ ਜਾ ਕੇ ਮੈਂ ਪੁੱਛਿਆ ਕਿ ਦੋ ਬੀਬੀਆਂ ਵਡੇਰੀਆਂ ਹਨ ਉੱਥੇ ਮੁਸਲਮਾਨ ਕੋਈ ਨਹੀਂ ਸਾਰੇ ਟੋਟਲੀ ਹੋਏ ਨਹੀਂ ਮੁਸਲਮਾਨ ਨਹੀਂ ਹੁਣ ਤਾਂ ਕਿਹੜਾ ਕੌਣ ਨੇ ਉੱਥੇ ਕਿਹੜੀ ਸਿੱਖ ਸਨ ਜ਼ਿਆਦਾ ਹੁਣ ਸਿੱਖ ਹੀ ਨੇ ਪਹਿਲਾਂ ਮੁਸਲਮਾਨ ਸਨ ਸਾਰੇ ਜ਼ਿਆਦਾ ਅੱਛਾ ਅੱਛਾ ਹਾਂਜੀ ਬਾਅਦ ਦੇ ਅੰਦਰ ਫਿਰ ਉੱਥੇ ਬਾਹਰ ਜਾ ਮੈਂ ਨੇ ਕੋਈ ਪੁੱਛਿਆ ਮੈਂ ਗਿਆ ਉੱਪਰਾ ਬੰਦਾ ਜੋ ਫਿਰਦਾ ਸੀ ਕਹਿੰਦੇ ਕਿੱਥੋਂ ਆਏ ਮੈਂ ਇਹ ਮੇਰੇ ਨਾਮ ਦਾ ਪਿੰਡ ਹਾਂਜੀ ਕਹਿੰਦੇ ਕਿ ਰੁੱਖ ਹੁੰਦਾ ਸੀ ਪਿਲਖਣ ਪਿਲਖਣ ਬਾਬੇ ਨੂੰ ਪਤਾ ਹੋਗਾ ਅੱਛਾ ਮੈਂ ਕਿਹਾ ਇੱਥੇ ਕਿੱਥੇ ਉਹ ਫਿਰਦਾ ਮੈਂ ਜੀ ਉਹ ਖੜੋਤੀ ਬੜੀ ਪੁਰਾਣੀ ਅੱਛਾ ਮੈਂ ਆ ਗਈ ਸਾਡੇ ਨਾਲ ਵੀ ਅੱਛਾ ਉਹ ਤੁਸੀਂ ਉਹ ਜਿਹੜੀ ਉਹ ਦਰਖਤ ਸੀ ਹਾਂ ਦਰਖਤ ਸੀ ਨਾ ਹਾਂ ਦਰਖਤ ਉਹਨੂੰ ਪਛਾਣ ਲੈ ਕੇ ਸਾਡੇ ਨਾਲੇ ਨੇ ਲਾਈਏ ਹਾਂ ਉਹਨੇ ਸਾਡੀ ਵਾਲਦ ਦੱਸਦੀ ਨਹੀਂ ਅੱਛਾ ਅੱਛਾ ਉਹ ਵੇਖੀ ਅੱਛਾ ਇੱਕ ਮਾਈ ਜੀ ਲੱਗੀ ਕਹਿਣ ਬਈ ਕਿੱਥੋਂ ਆਇਆ ਮੈਂ ਵੀ ਪਾਕਿਸਤਾਨ ਤੋਂ ਮੈਂ ਆਇਆ ਤੇ ਇੱਥੇ ਅਸੀਂ ਤਾਂ ਖਾਲਾ ਮਾਸੀਆਂ ਮੇ ਨਾ ਹਾਂਜੀ ਮੈਂ ਕਿ ਸਾਡੀ ਇੱਕ ਮੌਸੀ ਹੁੰਦੀ ਸੀ ਇੱਥੇ ਉਹ ਹਿੰਦੂ ਲੋਕ ਜਿਹੜੇ ਨਾ ਮੌਸੀ ਆਉਂਦੇ ਨੇ ਉਹ ਕਹਿੰਦੇ ਕਿ ਕੀ ਨਾਂ ਸੀ ਉਹਦਾ ਕੌਣ ਸੀ ਕਿੱਥੇ ਵੀ ਮੈਂ ਕਿ ਉਹਦਾ ਨਾਂ ਕਹਿਣ ਲੱਗੇ ਉਹਦਾ ਨਾਂ ਸੀ ਮੈਂ ਕਿ ਉਹਦਾ ਨਾਂ ਸਰੁੰਦੀ ਸੀ ਅੱਛਾ ਸਰੁੰਦੀ ਠੀਕ ਹੈ ਤੇ ਮੈਂ ਕਿ ਉਹ ਵਿਆਹੀ ਗਈ ਸੀ ਗੰਗਾ ਹਰਦੁਆਰ ਗੰਗਾ ਹਰਦੁਆਰ ਤੇ ਉਸ ਤੋਂ ਬਾਅਦ ਪਤਾ ਨਹੀਂ ਫਿਰ ਉਹ ਮੁਲਾ ਵਿਛੜ ਵਿਛੜ ਗਿਆ ਅੱਛਾ ਮੈਂ ਉੱਥੇ ਫਿਰ ਆ ਗਿਆ ਜਦੋਂ ਤੁਸੀਂ ਉੱਥੇ ਪਿੰਡ ਗਏ ਹੋ ਉਹਨਾਂ ਲੋਕਾਂ ਨੇ ਤੁਹਾਨੂੰ ਪਾਣੀ ਸ਼ਾਣੀ ਦੇ ਮੁਹੱਬਤ ਕੀਤੀ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਉਹ ਜਨਾਬ ਉੱਥੋਂ ਫਿਰ ਅਸੀਂ ਅਗਲੇ ਦਿਨ ਸਮੈਲਪੁਰ ਤੋਂ ਤੁਰੇ ਹਾਂ ਠੀਕ ਹੈ ਸਮੈਲਪੁਰ ਤੋਂ ਆਉਂਦੀ ਅੱਗੇ ਸੰਜਾਪੁਰ ਠੀਕ ਹੈ ਸੰਜਾਪੁਰ ਤੋਂ ਅੱਗੇ ਸਰਸਾਵਾ ਠੀਕ ਹੈ ਸਰਸਾਵੇ ਦਾ ਅੱਗੇ ਫਿਰ ਸਾਨਪੁਰ ਠੀਕ ਹੈ ਅਸੀਂ ਆਏ ਉੱਥੇ ਡਿੱਗਰ ਵੇਲੇ ਸਟੇਸ਼ਨ 'ਤੇ ਠੀਕ ਹੈ ਅਤੇ ਉਹ ਘਰ ਦੇ ਜੀ ਮੈਂ ਉੱਥੇ ਪਾਇਆ ਸਟੇਸ਼ਨ 'ਤੇ ਅਤੇ ਮੈਂ ਆਪ ਚਲਾ ਗਿਆ ਬਾਜ਼ਾਰ ਮੈਂ ਕਿਹਾ ਚਲੋ ਕੋਈ ਛੋਟੀ ਮੋਟੀ ਚੀਜ਼ ਫੜ ਲਿਆ ਹੁਣ ਜਾਣ ਦੇ ਹਾਂ ਬਿਲਕੁਲ ਹਾਂ ਉਹ ਗੱਡੀ ਜਿਹੜੀ ਸਾਡੀ ਗੱਡੀ ਆ ਉਹਨੇ ਸੀ ਨਾ ਉਹ ਨਿਕਲ ਗਈ ਅੱਛਾ ਉਹ ਨਿਕਲ ਗਈ ਜਿਹਦੇ 'ਤੇ ਤੁਸੀਂ ਬਹਿ ਕੇ ਆਏ ਹੋ ਸਮਝੌਤਾ ਨਹੀਂ ਜਿਹਦੇ ਦਾ ਆਉਣਾ ਸੀ ਪਾਕਿਸਤਾਨ ਆਉਣਾ ਸੀ ਉਹ ਸਮਝੌਤਾ ਐਕਸਪ੍ਰੈਸ ਅੱਛਾ ਸਮਝੌਤਾ ਐਕਸਪ੍ਰੈਸ ਸੀ ਹਾਂ ਉਹਨੇ ਉਹ ਨਿਕਲ ਗਈ ਅੱਛਾ ਆਇਆ ਮੈਂ ਤੇ ਮੇਰੇ ਜੀ ਦੇ ਕਹਿੰਦਾ ਗੱਡੀ ਤੋਂ ਕੋਈ ਨਿਕਲ ਟਿਕਟਾਂ ਮੈਂ ਪਹਿਲਾਂ ਲੈ ਲਿਆ ਅੱਛਾ ਮੈਂ ਚਲੋ ਟਿਕਟਾਂ ਦਾ ਬਾਲ ਮਕਾਓ ਪਹਿਲਾਂ ਫਿਰ ਅੱਛੀ ਜਾਓ ਟਿਕਟਾਂ ਲੈ ਕੇ ਤੇ ਮੈਂ ਪੁੱਛਿਆ ਇਹ ਨੂੰ ਸਫਾਈ ਨੂੰ ਮੈਂ ਕਿਹਾ ਟਿਕਟਾਂ ਸਾਡੇ ਖਰਾਬ ਹੋ ਗਈਆਂ ਗੱਡੀ ਤਾਂ ਨਿਕਲ ਗਈ ਉਹਨਾਂ ਦਾ ਕੋਈ ਗੱਲ ਨਹੀਂ ਦੂਸਰੀ ਗੱਡੀ 'ਤੇ ਜਾਓ ਮੈਂ ਠੀਕ ਮੈਂ ਕਹਿਣ ਲੱਗਾ ਸਟੇਸ਼ਨ ਮਾਸਟਰ ਕੋਲ ਪੁੱਛੋ ਉਹ ਸਟੇਸ਼ਨ ਮਾਸਟਰ ਕੋਲ ਪੁੱਛਿਆ ਉਹ ਕਹਿਣ ਲੱਗਾ ਜੀ ਜਿਹੜੀ ਗਾੜੀ ਦੂਸਰੀ ਆ ਰਹੀ ਇਸ 'ਤੇ ਵੀ ਜਾ ਸਕਦੇ ਹੋ ਕੱਲ੍ਹ ਨੂੰ ਵੀ ਜਾ ਸਕਦੇ ਹੋ ਪਰਸੋਂ ਨੂੰ ਵੀ ਜਾ ਸਕਦੇ ਹੋ ਅੱਛਾ ਅਤੇ ਵੀਜ਼ੇ ਦੀ ਮੁੱਦਤ ਹੈ ਸੀ ਵੀਜ਼ੇ ਦੀ ਨਹੀਂ ਟਿਕਟਾਂ ਦੀ ਅੱਛਾ ਟਿਕਟਾਂ ਦੀ ਮੁੱਦਤ ਹੈ ਆਉਂਦਾ ਟਿਕਟਾਂ ਕੱਲ੍ਹ ਵੀ ਚੱਲਣਗੀਆਂ ਪਰਸੋਂ ਵੀ ਚੱਲਣਗੀਆਂ ਸਹੀ ਹੈ ਟਿਕਟਾਂ ਹੀ ਤੁਹਾਡੀ ਖਰਾਬ ਹੋ ਗਈ ਠੀਕ ਹੈ ਖਰਾਬ ਨਹੀਂ ਹੋਈ ਖਰਾਬ ਨਹੀਂ ਹੋਈ ਲਓ ਜੀ ਉਹ ਟਿਕਟਾਂ ਗਾੜੀ ਆ ਗਈ ਦੂਸਰੀ ਉਸੇ ਦਿਨ ਹੀ ਫਿਰ ਵਾਪਸੀ ਹੋਈ ਗਾੜੀ ਕੋਈ ਘੰਟਾ ਡੇਢ ਬਾਅਦ ਦੂਸਰੀ ਆਉਣੀ ਅੱਛਾ ਉਹਨੇ ਜਾਣਾ ਸੀ ਸਿਰਫ ਅੰਬਾਲੇ ਤੱਕ ਅੱਛਾ ਅੰਬਾਲੇ ਜਾ ਕੇ ਸਾਡੀ ਬਦਲੀ ਹੋ ਗਈ ਅਤੇ ਉਹਨੇ ਸਟੇਸ਼ਨ ਮਾਸਟਰ ਨੇ ਦੱਸਿਆ ਸੀ ਕਿ ਉੱਥੇ ਅੰਬਾਲੇ ਛਾਉਣੀ ਜਿਹੜੀ ਹੈ ਨਾ ਉੱਥੇ ਡੱਬੇ ਲੱਗੇ ਹੋਏ ਨੇ ਤਿੰਨ ਡੱਬੇ ਰੇਲ ਦੇ ਅੱਛਾ ਉਹ ਅੰਮ੍ਰਿਤਸਰ ਜਾਣਗੇ ਠੀਕ ਹੈ ਅਸੀਂ ਉੱਥੇ ਜਾ ਕੇ ਲੱਥੇ ਕੋਈ ਰਾਤ ਦਾ ਕੋਈ 12 ਵਜੇ ਟਾਈਮ ਸੀ ਠੀਕ ਹੋ ਗਿਆ ਅਤੇ ਮੈਂ ਬਈ ਹੁਣ ਪੁੱਛਿਆ ਮੈਂ ਕੁਲੀ ਛੁਲੀਆਂ ਨੂੰ ਮੈਂ ਕਿਹਾ ਵੀ ਉਹ ਡੱਬੇ ਕਿੱਥੇ ਲੱਗੇ ਨੇ ਉਹ ਕਹਿਣ ਲੱਗੇ ਜੀ ਉਹ ਰੇਲਵੇ ਸਟੇਸ਼ਨ ਬਹੁਤ ਵੱਡਾ ਲੰਮਾ ਚੌੜਾ ਹੈ ਅੱਛਾ ਹਾਂਜੀ ਬੜੀ ਦੂਰ ਲੱਗੇ ਅੰਮ੍ਰਿਤਸਰ ਦਾ ਅੰਬਾਲੇ ਦੇ ਅੰਬਾਲੇ ਦਾ ਅੱਛਾ
लो जी वो कुड़ी नूं मैं आख्या फिर घर में आया किन्ने पैसे लैने कहना जी 5 रुपये का ठीक है। उन्हें भी त्रोड़े दो त्रे लद्दे ने कुछ ऐसा बड़ा समान भी सू डब्बे च पा पाया। अच्छा डब्बे च आई कोई शह नहीं आई सी। मैं क्या जी सू तो लुट लेगा कोई इतने नेरा डब्बे च नेरा इन लगी लगे ही नहीं। हाँ बिल्कुल कहता तुम 5 मिनट ठहरो 5 मिंट बाद इतने पैर धरने जगह नहीं मिलनी। अच्छा हाँ जी वो जना 5 मिंट वाकई भाई भर गया। वो फिर डब्बे चले ने अंबरसर आए ने वो सूरज निकलते। अच्छा उत्थे स्टेशन से हिल उत्थे चैक इन आ गए टिकटा चेक करन वाला कहने लगा तुम पाकिस्तानी हो। अच्छा तुसी इस गाड़ी का ऑर्डर नहीं थोड़ा आना था। अच्छा तो ऑर्डर से समझौता है इस पर ठीक है जुर्माना दो। मैं जी कि जुर्माना कहना जी फी काफी 100 रुपये। अच्छा वो मैं भी 100 तो नहीं 100 दे के जान छड़ाई दो दो पासपोर्ट जो वो जनाब उ स्टेशन के बाजार आले पासे नाल ही सिकने कने फ्रूट की दुकान लाई चंगी बड़ी। अच्छा कहन लगा भी तुसी इस रस्ते आ गए हो जुर्माना पैना सी। वो गलती की थी को जिन्हें 100 रुपया लिया उन्हें पर्ची नहीं देनी। पर्ची नहीं देती। अच्छा वो घंटे के बाद दूसरा आ गया। अच्छा जी बैठे ना प्लेटफॉर्म जाते पाकिस्तान में दो जुर्माना क्यों आए गए तुम कोई शरारत तो नहीं करके आए हो। मैं भी नहीं असि फिर गड्डी निकल गई थी इस तो आ गए। उसे घुट के कहने लगा भाई हूं तू दे के बैठा गए थे जुर्माना तो फिर तू आ गया चढ़ गया। हाँ बिल्कुल सही है गलती की थी पर्ची नहीं लगी कोई नहीं ठीक है जी बैठो। लो जी फिर वो सरदार कह लगा भाई आप कि जिले के हो। अच्छा मैं जी मीरा जिले में आने मेरे शहर के। अच्छा हाँ चंगा वडेरा सी चिट्टा को आंदा गुजराले तुम पिंड च रेंगे हो कि शहर च रेंगे। मैं शहर पिंड च रेंगे केड़ा पिंड है। मैं लद्याला जी कलास कहने को हरिपुर वाली लाइन। हाँ मैं ठीक आंदा मैं बेरी वाले चौंक का बेरी वाले चौक का गुजराले का। हाँ गुजरा आंदा जी उत्थे मेरा यार हुंदा सी मराज मच्छी वाला। अच्छा उन्हें सलाम दुआ देनी। अच्छा हाँ जी ठीक है उन्हें खैर बेचारे चाह पानी जा लिया पीता खादा। ਉਹਦਾ ਨਾਂ ਕੀ ਸੀ ਸਿੱਖ ਦਾ? ਉਹਨੇ ਜੀ ਨਾਂ ਨਹੀਂ ਯਾਦ ਰਿਹਾ ਮੈਨੂੰ। ਅੱਛਾ ਉਹ ਸਟੇਸ਼ਨ ਦੇ ਸਾਹਮਣੇ ਲੰਘਦਾ ਸੀ। ਅੱਛਾ ਸਟੇਸ਼ਨ ਦੇ ਸਾਹਮਣੇ ਫਰੂਟ ਲਾਇਆ ਸੀ ਨਾ। ਤੇ ਉਹ ਕਹਿਣ ਲੱਗਾ ਵੀ ਕੋਈ ਸਮਾਨ ਸਮੂਨ ਲੈਣਾ ਹੋ ਮੈਂ ਵੀ ਪੈਸੇ ਬਟਾਣੇ ਥੋੜ੍ਹੇ ਜਿਹੇ। ਕਹਿਣ ਲੱਗਾ ਪੈਸੇ ਬਟਾਇਆ ਫਿਰ ਜਿਹੜਾ ਕੋਈ ਸੌਦਾ ਲੈਣ ਦੱਸੀ ਮੈਨੂੰ ਮੈਂ ਆਪ ਲੈ ਜਾਂ ਤੁਹਾਨੂੰ। ਸਹੀ ਹੈ ਉਹ ਪੈਸੇ ਮੈਂ ਬਟਾ ਗਿਆ ਤੋੜ ਅੰਮ੍ਰਿਤਸਰ ਤੋਂ ਵਾਹਵਾ ਦੂਰ ਗਿਆ ਬੈਂਕ ਸੀ। ਅੱਛਾ ਖੁੱਲ੍ਹਾ ਬਾਜ਼ਾਰ ਸੀ ਚੰਗਾ। ਸਹੀ ਹੈ ਉੱਥੇ ਪੈ ਬਿਟਾ ਕੇ ਲਿਆਉਂਦੇ ਨੇ। ਫਿਰ ਆਇਆ ਸਰਦਾਰ ਕਹਿਣ ਲੱਗਾ ਵੀ ਬਿਟਾ ਲਿਆ ਮੈਂ ਜਾਣ ਦੇ। ਕਹਿਣ ਲੱਗਾ ਜਦ ਪਾਨ ਸ਼ਾਨ ਲੈਣਾ ਨਾ ਆਹ ਪਾਨ ਪਿੱਛੋਂ ਤਾਂ ਨਹੀਂ ਲਏ ਖਰਾਬ ਹੋ ਜਾਂਦੇ ਦੂਰ ਸੀ। ਠੀਕ ਹੈ ਉੱਥੇ ਅੰਮ੍ਰਿਤਸਰ ਨੂੰ ਲੈ ਕੇ ਤੇ ਰੱਬਾ ਦੇ ਟੱਪਣਾ ਹੋ ਰਿਹਾ ਪਾਕਿਸਤਾਨ 'ਚ। ਹਾਂ ਬਿਲਕੁਲ ਠੀਕ ਮੈਂ ਉਸ ਬਾਜ਼ਾਰ 'ਚ ਗਿਆ ਪਾਨ ਹੀ ਪਾਨ ਚ ਫੇਰੇ। ਅੱਛਾ ਤੇ ਮੈਂ ਮੇਰੇ ਪਸੰਦ ਆ ਗਿਆ ਕਿਤੇ ਕੋਲ ਪਾਨ ਮੈਂ ਕੀ ਰੇਟ ਹੈ ਮੈਂ ਕਿਹਾ ਪਾਕਿਸਤਾਨੀ ਜੋ ਰੇਟ ਪੁੱਛਦਾ ਉੱਥੇ ਪੁੱਛਦੇ ਨੇ ਕੀ ਦਾਮ ਹੈ। अच्छा दाम की है आंदा जी 20 रुपये किलो। अच्छा वो सरदार ने कहा जी पूछ जिथे पसंद आए पूछ के आ जाना तू। ठीक है लो जी मैं आ गया पूछ के कहने लगा चलो जी गए। हाँ भाई तू 20 रुपये दसे ने जो तुम्हें मान है बंदा मेरे शहर का बंदा 12 रुपये ला। अच्छा 12 रुपये ला 5 किलो 60 रुपये दे ओदे कोल ले ने कोई। हाँ 1.5 मन। अच्छा 1.5 मन पा ठीक हो गया। उन्हें वो सरदार लगा कह जी इनू इस तरह के बना के देने ने ते इन्हें दी बचत रहे। उस सरदार ने बनाए ने 5 किलो का भी बना कपड़े बन के देंगे ने चंगा कुट के। ठीक है ते 5 किलो का भी बना छड़िया मुठा। अच्छा 3 किलो का भी बना छड़िया 2.5 किलो का भी बना छड़िया ते 2 तोड़े ना पा। सही है आगे कह लगा भाई बेचदा जो मैं रुपये का ना
ਨਾਰੀਅਲ ਦਾ ਪਰ ਤੁਹਾਨੂੰ ਮੈਂ ਸਸਤਾ ਦੇ ਦਾਂਗਾ। ਅੱਛਾ ਉਹਨੇ ਸਾਨੂੰ 50-60 ਦਾਣੇ ਨਾਰੀਅਲ ਦਿੱਤਾ, ਰੁਪਏ 50 ਹੀ ਲਏ। ਸਹੀ ਹੈ ਜੀ। ਤੋੜਾ ਉਹ ਵੀ ਬਣ ਗਿਆ। ਫਿਰ ਉਹ ਟਾਈਮ ਹੋ ਗਿਆ ਸ਼ਾਮ ਵੇਲਾ, ਉਹੀ ਉਹੀ ਟਿਕਟਾਂ ਫਿਰ ਉਸ ਗੱਡੀ 'ਤੇ ਪਿਆ। ਠੀਕ ਹੈ। ਇੱਥੇ ਬਾਰਡਰ 'ਤੇ। ਠੀਕ ਹੈ। ਉਹ ਅਗਲੇ ਦਿਨ ਟਿਕਟ, ਅਗਲੇ ਦਿਨ ਗੱਡੀ ਆਈ, ਉਹ ਉਸ 'ਤੇ ਫਿਰ ਬੈਠਿਆ। ਸਮਝੌਤਾ ਫਿਰ ਉਸ 'ਤੇ ਉਹੀ ਟਿਕਟਾਂ। ਠੀਕ ਹੈ। ਬਾਰਡਰ 'ਤੇ ਇੱਥੇ ਨਹੀਂ ਕਰਦੇ ਇਸ ਤਰ੍ਹਾਂ। ਠੀਕ ਹੈ। ਉਹਨੇ ਆਖਿਆ ਇਸ ਟਿਕਟਾਂ 'ਤੇ ਜਾਓ। ਅੰਮ੍ਰਿਤਸਰ ਸਟੇਸ਼ਨ ਮਾਸਟਰ ਨੂੰ ਪੁੱਛਿਆ ਸੀ, ਆਉਂਦਾ ਸੀ ਇਹਨਾਂ ਟਿਕਟਾਂ 'ਤੇ ਹੀ ਜਾਓਗੇ ਅੱਗੇ ਬਾਰਡਰ 'ਤੇ। ਲਓ ਜੀ ਬਹਿ ਗਏ, ਜਾ ਕੇ ਜੀ ਤਲਾਸ਼ੀ ਤਲੂਸ਼ੀ ਕਰਾਈ। ਸਾਡਾ ਕੋਈ ਨਹੀਂ, ਉਹ ਐਂਟਰੀ ਲੱਗੀ ਸਿਰਫ 200 ਰੁਪਏ। ਠੀਕ ਹੈ। ਐਂਟਰੀ ਲਾ ਕੇ ਸਮਾਨ ਸਾਡਾ ਆ ਗਿਆ। ਅੱਗੇ ਵੇਖਿਆ ਵੇਖਿਆ ਨਹੀਂ, ਬੇਦੀ ਵੀ ਹਕੂਮਤ ਦੀ ਰੋਣੀ ਮਾਸਟਰੀ ਵੀ ਮਿਲੀ ਯਾਦ। ਉਹ ਕਹਿਣ ਲੱਗੇ ਜੀ ਸਮਾਨ ਨਹੀਂ ਜਾਣਾ, ਸਮਾਨ ਨਹੀਂ ਜਾਣ ਦੇਣਾ, ਸਮਾਨ ਸੀਜ਼ਰ ਹੋਣਾ। ਸੀਜ਼ਰ ਦਾ ਮਤਲਬ ਕੀ ਹੈ ਕਿ ਬੰਦ ਹੋ ਗਿਆ। ਅੱਛਾ। ਜਿਹੜੇ ਸਾਹਿਬ ਕੋਲ ਜਾਮ ਹੈਗੇ ਜੇ ਸਮਾਨ ਜਾਣ ਦੇ, ਡਿਊਟੀ ਲਾ ਲਓ ਜਿੰਨੀ ਲਾਉਣੀ, 10,000, 20,000, 30,000 ਲਾ ਲਓ। ਕਹਿੰਦੇ ਅੱਜ ਹਾਂ ਡਿਊਟੀ 'ਤੇ ਜਾਣਾ। ਉਹ ਫਿਰ ਇੱਕ ਲਗਾ ਕਹਿਣ, ਤੁਸੀਂ ਇਸ ਤਰ੍ਹਾਂ ਕਰੋ, ਸੁੱਕਾ ਸਮਾਨ ਜਿਹੜਾ ਸੀਜ਼ਰ ਕਰਾ ਦਿਓ। ਠੀਕ ਹੈ। ਪਾਨ ਜਿਹੜਾ ਆਪਣਾ ਇੱਥੇ ਬਾਰਡਰ ਦੇ ਵਿੱਚ ਹੀ ਵੇਚ ਲਓ। ਠੀਕ ਹੈ। ਮੈਂ ਕਿਹਾ ਇਹ ਕੌਣ ਲੈ ਗਿਆ ਭਾਈ? ਕਹਿੰਦਾ ਇਹ ਪੁਲਿਸ ਹੀ ਲੈ ਲੈਂਦੀ। ਸਹੀ ਹੈ। ਉਹ ਪਾਨ ਬਾਹਰ ਸਨ 300 ਰੁਪਏ ਕਿਲੋ, ਉਸ ਕਿਸੇ ਕੋਲ 100 ਰੁਪਏ ਮਰਦੇ ਨੇ, ਕਿਸੇ ਕੋਲ 150 ਰੁਪਏ, ਕਿਸੇ 100 ਰੁਪਏ। ਉਹਨਾਂ ਜੰਗਲੇ 'ਤੇ ਜਿਹੜਾ ਬਾਰੀ ਬਾਹਰ ਬੰਦੇ ਪਾਏ ਨੇ ਪੁਲਿਸ ਨੇ, ਉਹਨਾਂ ਨੂੰ ਫੜਾ ਛੱਡਦੇ ਨੇ ਪਾਨ, ਉਹਨਾਂ ਕੋਲ ਪੈ ਲੈ ਦਿੰਦੇ। ਸਹੀ ਹੈ। ਅਤੇ ਮੈਨੂੰ ਕਹਿਣ ਲੱਗਾ 150 ਰੁਪਏ ਲਾ ਦਾਂਗਾ ਤੇਰਾ ਪਾਨ ਚੰਗਾ। ਕਹਿੰਦਾ ਚੱਲ 200 ਲਾ ਲਾ, ਤੇਰਾ ਪਾਨ ਅੱਛਾ ਜੀ। ਮੈਂ ਪੈਸੇ ਪਹਿਲਾਂ ਲਾਉਣ ਨਾਲ। ਸਹੀ ਹੈ। ਕਿੰਨਾ ਪਾਨ ਹੈ? ਮੈਂ ਕਹਿੰਦਾ ਪਾਨ ਪਰਚੀ ਵਿਖਾਈ। ਕਹਿੰਦਾ ਠੀਕ ਹੈ। ਉਹਨੇ ਤੋਲ ਕੇ ਨਾ ਕੰਡੇ 'ਤੇ, ਅੱਛਾ, ਉਹ ਮੁੱਠਾ 5 ਕਿਲੋ ਵਾਲੇ ਆ ਗਿਆ ਪਹਿਲਾਂ ਤਾਂ। ਅੱਛਾ। ਉਹ ਤੋਲਿਆ ਤਾਂ ਪੂਰਾ, ਫਿਰ ਦੂਸਰਾ ਫੜਿਆ ਉਹ ਵੀ ਪੂਰਾ। ਉਹਨੇ ਵੀ ਸਾਰੇ ਪੂਰੇ ਨੇ। ਉਹ ਜਿਹੜੇ ਐਸ ਨਾ 3 ਕਿਲੋ ਵਾਲਾ ਉਹ ਪੋਲੇ ਵੱਜੇ ਹਾਂ, ਤੇ ਜਿਹੜੇ 5 ਕਿਲੋ ਵਾਲੇ ਉਹ ਫੁੱਟ ਕੇ ਵੱਜੇ ਹਾਂ। ਹਾਂਜੀ। ਉਹ ਮੈਂ ਕਿਹਾ ਪੈਸੇ ਦੇ ਉਹਦਾ ਜੇਬ 'ਚ ਪਾਏ ਨੇ। ਹਾਂ ਜੀ। ਅਸੀਂ ਟੁਰ ਗਏ ਅੱਗੇ ਗੇਟ 'ਤੇ, ਜਿੱਥੇ ਉਹ ਅਫਸਰ ਬੈਠਾ ਬਾਹਰ ਕੱਢਦਾ ਸੀ। ਹਾਂ। ਅਤੇ ਉੱਥੇ ਜਿਹੜਾ ਉਹ 10-15 ਮਿੰਟ ਬਾਅਦ ਪੁਲਿਸ ਵਾਲਾ ਭੱਜਾ ਆਵੇ, ਆਉਂਦਾ ਵੀ ਸਲਾਮ ਦੇ ਸਲਾਮ, ਤੇ ਪਾਨ ਘੱਟਣੇ ਘੱਟਣੇ ਪਾਨ। ਉਹ ਮੈਂ ਕਿਹਾ ਜੇ ਤੋਲੇ ਨਹੀਂ ਸਨ, ਹੋਰ ਵੀ ਨਾਲ ਪਾਕਿਸਤਾਨੀ ਉਧਰੋਂ ਆ ਰਹੇ ਸਨ। ਅੱਛਾ। ਕਹਿੰਦੇ ਤੁਸੀਂ ਤੋਲੇ ਨਹੀਂ ਸਨ? ਉਹਨਾਂ ਆਖੇ ਤੋਲੇ ਸਨ ਤੇ ਫਿਰ ਘੱਟ ਗਏ ਹੋਣਗੇ। ਉਹ ਜਿਹੜਾ ਸਾਹਿਬ ਸੀ ਉਹ ਵੀ ਆਉਂਦਾ ਵੀ ਤੁਸੀਂ ਤੋਲੇ ਸਨ ਤੇ ਫਿਰ ਕੀ ਹੁਣ ਕੀ ਲੈਣਾ ਇਹਨਾਂ ਕੋਲ। ਹਾਂ ਜਾਣ ਮੁੱਕਾ ਮੁੱਕਾ। ਚਲੋ ਉਹ ਜਿਹੜਾ ਸੁੱਕਾ ਸੌਦਾ ਸੀ ਉਹ ਅੰਦਰ ਕਰਾ ਛੱਡਿਆ ਸੀ। ਅੱਛਾ। ਅਤੇ ਪਾਉਣ ਪੂਣ ਵਿੱਚ ਆ ਗਿਆ। ਫਿਰ ਮੈਂ ਆ ਗਿਆ ਤੇ ਪੁੱਛਿਆ ਡੇਰੀ ਵਾਲੇ ਚਾਂਪ, ਉਹਦਾ ਪੋਤਰਾ ਪੋਤਰਾ ਸੀ। ਅੱਛਾ। ਆਉਂਦਾ ਤਾਂ ਕਦੇ ਦਾ ਫੌਲ ਹੋ ਗਿਆ, ਚਾਹ ਪਾਣੀ ਉਹਨੇ ਕਿੱਥੇ ਆਇਆ ਹੋਈ। ਅੱਛਾ ਅੱਛਾ। ਕਹਿੰਦਾ ਤੁਸੀਂ ਇੰਡੀਆ ਗਏ ਸੀ ਮੈਨੂੰ? ਅੱਛਾ। ਉਹ ਪਾਕਿਸਤਾਨ ਆਪਣੇ ਮਹਾਰਾਜ ਜੀ ਨੂੰ ਉਹਨੇ ਕਿਹਾ, ਉਹਨੇ ਕਿਹਾ ਜਨਾਬ ਉਹਨਾਂ ਨੂੰ ਹਾਂ ਮੇਰਾ ਯਾਰ ਤੈਨੂੰ ਮਿਲਿਆ ਗਿਆ। ਸਹੀ। ਚਲੋ ਜੀ। ਹਾਂਜੀ। ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ, ਮਿਹਰਬਾਨੀ।